आप देख रहे हैं वॉइस ऑफ इंडिया खबर पंजाब के तरन तारण से। तरन तारण में आज रेत विक्रेता को रेत ना मिलने की वजह से भारी परेशानियों का सामना करना पड़ रहा है। वहीं दिहाड़ी के मजदूर भी बेरोजगार बैठे हैं। पंजाब की कांग्रेस सरकार जिस वक्त सत्ता से बाहर थी तो अकाली बीजेपी पर रेत माफिया का आरोप लगाती थी। आज एक साल से सत्ता में होने के बावजूद भी अवैध माइनिंग जोरों पर है, मगर उस पर कांग्रेस कुछ बोलने को तैयार नहीं है। वहीं नशे का विरोध करने वाली कांग्रेस अब पंजाब में शराब को सस्ता करने पर चर्चा कर रही है। आइए सुनते हैं। ਮਿਸਤਰੀ ਦਾ ਜੀ ਅੱਜ ਕੱਲ੍ਹ ਬਹੁਤ ਹੀ ਮੰਗਾ ਚੱਲ ਰਿਹਾ ਮਜ਼ਦੂਰ ਮਿਸਤਰੀ ਦਾ ਕੰਮ ਰੇਤ ਨਾ ਮਿਲਦੇ ਕਰਕੇ ਸਾਡਾ ਜੀ ਬੇਰੁਜ਼ਗਾਰੀ ਜ਼ਿਆਦਾ ਵਧੀ ਹੈ ਅਤੇ ਉਹਦੇ ਕਰਕੇ ਕੰਮ ਸਾਰੇ ਬੰਦ ਹੋਏ ਆ। ਰੇਤ ਮਿਲਣੀ ਚਾਹੀਦੀ ਆ, ਸਾਰੇ ਕੰਮਕਾਰ ਚੱਲਣੇ ਚਾਹੀਦੇ ਆ, ਦੂਜੇ ਮਜ਼ਦੂਰ ਮਿਸਤਰੀ ਜਿਹਦੇ ਕਰਕੇ ਦੇ ਕੰਮ ਕਰਨ ਵਧੀਆ। ਇਸ ਟਾਈਮ 100 ਮਜ਼ਦੂਰ ਮਿਸਤਰੀ ਇਸ ਟਾਈਮ ਵੱਡੇ 'ਤੇ ਆ ਜੀ, ਕੋਈ ਕੰਮ ਨਹੀਂ, ਸਾਰੇ ਵਿਹਲੇ ਦੂਜੇ ਪੀੜੇ ਕਰਕੇ। ਭਾਅ ਜੀ ਮੇਰਾ ਨਾਮ ਨਵਦੀਪ ਸਿੰਘ ਜੀ, ਮੈਂ ਮਜ਼ਦੂਰੀ ਦਾ ਕੰਮ ਕਰਦਾ। ਭਾਅ ਜੀ ਮੈਂ ਕਹਿੰਦਾ ਅੱਜ ਤੋਂ ਮੈਨੂੰ 10 ਦਿਨ ਹੋ ਗਏ ਮੁੜ ਕੇ ਜਾਣ ਡਿਆ ਮੈਂ ਅੱਡੇ ਦੇ ਵਿੱਚ, ਕਾਰਨ ਇਹੋ ਹੀ ਰੇਤਾ ਬੰਦ ਹੋ ਗਈ। ਆਹ ਵੇਖ ਲਓ ਕਿੰਨੇ ਬੰਦੇ ਆ, ਘੱਟੋ ਘੱਟ 200 ਬੰਦਾ ਹੋਊਗਾ ਜਿਹਨਾਂ ਇੱਥੋਂ ਮੁੜ ਕੇ ਜਾਣਾ ਅੱਡੇ ਦੇ ਵਿੱਚੋਂ। ਦੇਖੋ ਜੀ, ਸਾਡੀ ਸਾਰੀ ਦੁਕਾਨਦਾਰ ਪਰਿਵਾਰ ਪਰੇਸ਼ਾਨ ਆ। ਪਠਾਨਕੋਟ ਪਹਿਲਾਂ 1 ਮਹੀਨਾ ਬੰਦ ਰਿਹਾ, ਉਹਦੇ ਕੋਲ ਖੱਜਲ ਖਵਾਰੀ ਹੁੰਦੀ ਰਹੀ ਆ, ਅਤੇ ਹੁਣ ਬਰੀਕ ਰੇਤਾ ਬੰਦ ਆ ਜਿਹੜੀ ਕਿ ਮਿਲਣ ਨਹੀਂ ਡਈ। ਅਸੀਂ ਤਾਂ ਆਪ ਪਰਿਵਾਰ ਸਾਰਾ ਹੀ ਪਰੇਸ਼ਾਨ ਆ, ਅਤੇ ਅਸੀਂ ਰੋਟੀ ਕਿੱਥੋਂ ਖਾਣੀ ਆ। ਇਹਦੇ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਵਾ, ਖੱਡਾਂ ਖੁੱਲ੍ਹਣ, ਜੋ ਵੀ ਨਿਲਾਮੀ ਹੋਈ ਆ ਤੈਅ ਸਮੇਂ ਦੇ ਵਿੱਚ ਸਾਨੂੰ ਮਾਲ ਮਿਲੇ, ਫਿਰ ਹੀ ਅਸੀਂ ਬਾਜ਼ਾਰ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ। ਇਹ ਸਾਡਾ ਸਾਰਾ ਕਾਰੋਬਾਰੀ ਪਰਿਵਾਰ ਬੈਠਾ ਵਾ, ਵਿਹਲੇ ਹੀ ਕੀ ਕਰ ਸਕਦੇ ਹਾਂ, ਧਰਨੇ ਲਾ ਸਕਦੇ ਹਾਂ। ਅਸੀਂ ਤਾਂ ਇਹੋ ਕਹਿ ਸਕਦੇ ਹਾਂ ਕਿ ਰੇਤਾ ਕਰਕੇ ਹੁਣ ਅਸੀਂ ਮਰ ਗਏ ਹਾਂ। ਦੇਖੋ ਜੀ, ਹੈਲੀਕਾਪਟਰ ਦੇ ਚੱਕਰ 'ਤੇ ਉਹਨਾਂ ਨੇ ਲਾਇਆ ਸੀ, ਪਰ ਇਹ ਹੁਣ ਸੋਚਣਾ ਚਾਹੀਦਾ ਹੈ ਕਿ ਨਜਾਇਜ਼ ਗੱਡੀਆਂ ਅਤੇ ਜਾਇਜ਼ ਗੱਡੀਆਂ ਜਿਹੜੀਆਂ ਜਾਇਜ਼ ਚੱਲਣ ਡੀਆਂ ਉਹਦੇ ਚਲਾਓ। ਅਖਬਾਰਾਂ 'ਚ ਸਿਰਫ ਇਹੋ ਆਉਂਦਾ ਕਿ ਜਾਇਜ਼ ਮਾਈਨਿੰਗ ਆਹ ਹੋ ਰਹੀ ਆ, ਪਰ ਉਹ ਵੀ ਨਹੀਂ ਸਾਨੂੰ ਮਿਲਣ ਡਈ। ਸਾਨੂੰ ਕਿਸੇ ਹੱਦ ਤੱਕ ਮਾਲ ਮਿਲੂਗਾ, ਪਹਿਲਾਂ ਇਹ ਕੰਮ ਹੁੰਦੇ ਨਹੀਂ ਸੀ, ਹੁਣ ਰੇਤਾ ਦਾ ਮੁੱਦਾ ਇੱਕ ਇਹੋ ਜਿਹਾ ਮੁੱਦਾ ਬਣ ਗਿਆ, ਜਿਹੜੀ ਮਰਜ਼ੀ ਸਰਕਾਰ ਆਵੇ ਆਪਣੇ ਫਾਇਦੇ ਵਾਸਤੇ ਇਹਨੂੰ ਚੁੱਕਣ ਡਈ। ਅਸੀਂ ਤਾਂ ਦੁਕਾਨਦਾਰ ਭਰਾ ਇਹੋ ਕਹਾਂਗੇ ਕਿ ਸਾਨੂੰ ਮਾਲ ਮੁਹੱਈਆ ਹੋਏਗਾ ਅਤੇ ਫਿਰ ਹੀ ਅਸੀਂ ਬਾਜ਼ਾਰ ਦੇ ਵਿੱਚ ਕੋਈ ਰੇਟ ਸੈੱਟ ਕਰ ਸਕਦੇ ਹਾਂ। ਨਹੀਂ ਤਾਂ ਮੁਸ਼ਕਿਲ ਹੈ ਜੀ, ਸਾਡੀ ਆਪਦੀ ਰੋਟੀ ਮੁਸ਼ਕਿਲ ਹੈ, ਸਾਡਾ ਸਾਰਾ ਡਿਪੈਂਡੈਂਸ ਇਹਦੇ ਉੱਤੇ ਹੀ ਆ। ਰੇਤਾ ਬਜਰੀ ਵਾਲੇ ਕਰਨਗੇ ਕੀ? ਸਾਡੀਆਂ ਅਖਬਾਰਾਂ 'ਚ ਆਇਆ ਇਹਦੀ 'ਚ ਕਿ ਪੰਜਾਬ ਵਿੱਚ ਸ਼ਰਾਬ ਹੋ ਗਈ ਸਸਤੀ, ਪਰ ਸ਼ਰਾਬ ਹੋਵੇਗੀ ਸਸਤੀ ਅਤੇ ਰੇਤਾ ਹੋਵੇਗੀ ਮਹਿੰਗੀ, ਕੀ ਗੱਲ? ਮਾੜਾ ਮਜ਼ਦੂਰ ਮਾੜਾ ਪਰਿਵਾਰ ਕੀ ਕਰੂਗਾ? ਉਹ ਸ਼ਰਾਬਾਂ ਦੇ ਆਸਰੇ ਜੀਊਗਾ? ਜਿੱਥੇ ਉਹਨੇ ਰਹਿਣਾ, ਰੋਟੀ ਸੌਖੀ ਖਾਣੀ ਆ, ਕੀ ਉਹ ਸ਼ਰਾਬ ਪੀ ਕੇ ਗੁਜ਼ਾਰਾ ਕਰੂਗਾ? ਉਹ ਰੇਤਾ ਬਜਰੀ ਵਾਲੇ ਵੀ ਹੱਲ ਕਰੋ ਨਾ, ਕਿ ਸ਼ਰਾਬਾਂ ਵਾਲੇ ਬੰਨੇ ਹੀ ਧਿਆਨ ਦਿਓ। ਇਹਨਾਂ ਨਾਲ ਇਹ ਆ ਕਿ ਸਰਕਾਰਾਂ ਦਾ ਟੈਕਸ ਦਾਦਿਆਂ ਜ਼ਰੂਰ ਵਾਧਾ ਹੁੰਦਾ ਵਾ, ਪਰ ਟੈਕਸ ਤੁਸੀਂ ਲੈਣੇ ਲੈਣੇ ਆ, ਪਰ ਜਿਹੜਾ ਕੁਦਰਤੀ ਸੋਮਾ ਉਹਨੂੰ ਤਾਂ ਸਾਡੇ ਤੱਕ ਪਹੁੰਚਾਓ। ਅਸੀਂ ਤਾਂ ਕਹਿ ਸਕਦੇ ਹਾਂ ਸਰਕਾਰਾਂ ਦੀ ਬੇਸ਼ਰਮੀ ਹੈ ਜੀ, ਕੋਈ ਵੀ ਆ ਜੀ। पंजाब कांग्रेस सरकार ने जो वादे पंजाब की जनता से किए थे, लगता है उन वादों को पीछे छोड़ रही है। जिस पंजाब में अकाली बीजेपी राज में रेत की ट्रॉली 1600 से 2200 रुपए मिल रही थी, आज उसी ट्रॉली का रेट करीब 4000 रुपए हो गया है। इससे साफ है कांग्रेस के राज में अवैध माइनिंग बढ़ी है कि नहीं। ये थी तरन तारण से विजय कुमार की रिपोर्ट। आप देख रहे हैं वॉइस ऑफ इंडिया।